मामला ये है, कल सानू 4:10 ते अपने स्टेशन मास्टर रेलवे स्टेशन नकोदर ने मेरी मोह दिती भी अपने नकोदर तो जलंधर साइड में जी ट्रेन जाती है 0-69-73 कि उसते कोई अपने डेड बॉडी ट्रैक दे विच पई है। फिर असं मौका ते गए, मौका ते जाके देखिया ते अपने लातां नूं पता लग्या भी मैं खुदकुशी कीती है। ਗੱਲਬਾਤ ਤਾਂ ਕੁਛ ਨਹੀਂ ਹੈ ਜੀ, ਘਰੋਂ 2 ਵਜੇ ਮਤਲਬ ਦੁਕਾਨ ਤੋਂ ਆਇਆ ਜੀ ਰੋਟੀ ਖਾਣ, ਅਤੇ ਮੋਟਰਸਾਈਕਲ ਦੀ ਗੈਸਟ ਦੇ ਗਿਆ, ਅਤੇ ਬਾਕੀ ਕਹਿੰਦਾ ਵੀ ਮੈਂ ਇੱਥੇ ਹੀ ਹਾਂ, ਮੰਮੀ ਨਾਲ ਦੱਸ ਕੇ ਗਿਆ ਵੀ ਮੈਂ ਇੱਥੇ ਹੀ ਹਾਂ। ਸਾਨੂੰ ਹੁਣ ਇਹਦੇ ਬਾਰੇ ਪਤਾ ਨਹੀਂ ਵੀ ਹੁਣ ਤੁਹਾਨੂੰ ਉੱਧਰ ਜਾਣਾ ਸੀ। ਨਾਮ ਕੀ ਸੀ? ਸਲੀਮ ਸੀ ਇਹਨਾਂ ਦਾ। ਕਿੰਨੀ ਉਮਰ ਸੀ? ਉਮਰ 27 ਸਾਲ ਦੀ ਹੈ ਜੀ। ਮੈਰਿਡ ਸੀ? ਨਹੀਂ ਹਾਂ ਮੈਂ। ਕਹਿੰਦੇ ਵੀ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਆ, ਤੇ ਮੈਂ ਇੱਥੇ ਆਇਆ ਤੇ ਮੈਨੂੰ ਪਤਾ ਨਹੀਂ ਲੱਗਾ। ਫਿਰ ਮਾਮੂ ਵਾਲ ਕਹਿੰਦੇ ਜੀ ਉੱਧਰ ਗਿਆ, ਤੇ ਉਹ ਉਦੋਂ ਉਹਨਾਂ ਨੇ ਬੋਡੀ ਆਟੋ 'ਚ ਪਾ ਕੇ ਤੇ ਸਿਵਲ ਹੋਸਪਿਟਲ ਲੈ ਗਏ ਸੀ। ਜਾ ਕੇ ਜਦੋਂ ਦੇਖਿਆ ਕਹਿੰਦਾ ਤੁਹਾਡੇ ਬ੍ਰਦਰ ਜੀ ਭਾਈ ਆ। ਮੈਂ ਕਿਹਾ ਹਾਂਜੀ। ਹੁਣ ਤੁਸੀਂ ਕੀ ਮੰਗ ਕਰਦੇ? ਮੰਗ ਸਰ ਕੀ ਕਰਨੀ, ਕੀ ਕਰਨਾ ਜੀ? ਖਾਣ ਵਾਲਾ ਚਲ ਗਿਆ, ਹੁਣ ਮੰਗ ਕੀ ਕਰਨੀ ਸਰ? ਹਾਂਜੀ ਸਰ, ਸਰ ਕੀ ਮਾਮਲਾ ਜੀ ਇਹ? ਮਾਮਲਾ ਜੀ ਇਹ, ਕੱਲ ਸਾਨੂੰ 4:10 ਤੇ ਆਪਣੇ ਸਟੇਸ਼ਨ ਮਾਸਟਰ ਰੇਲਵੇ ਸਟੇਸ਼ਨ ਨਕੋਦਰ ਨੇ ਮੇਰੀ ਮੋਹ ਦਿੱਤੀ ਵੀ ਆਪਣੇ ਨਕੋਦਰ ਤੋਂ ਜਲੰਧਰ ਸਾਈਡ ਨੂੰ ਜਿਹੜੀ ਟ੍ਰੇਨ ਜਾਂਦੀ ਹੈ 0-69-73 ਵੀ ਉਸ 'ਤੇ ਕੋਈ ਆਪਣੇ ਡੈਡ ਬੋਡੀ ਟਰੈਕ ਦੇ ਵਿੱਚ ਪਈ ਹੈ। ਚਲੋ ਅਸੀਂ ਮੌਕਾ 'ਤੇ ਗਏ, ਮੌਕਾ 'ਤੇ ਜਾ ਕੇ ਦੇਖਿਆ ਅਤੇ ਆਪਣੇ ਹਾਲਾਤਾਂ ਨੂੰ ਪਤਾ ਲੱਗਿਆ ਵੀ ਮੈਂ ਖੁਦਕੁਸ਼ੀ ਕੀਤੀ ਹੈ। ਉਹਦੇ ਭਰਾ ਦੇ ਬਿਆਨਾਂ 'ਤੇ ਉਹਦਾ ਬ੍ਰਦਰ ਦਾ ਨਾਮ ਹੈ, ਆਪਣਾ ਕੀ ਨਾਮ ਹੈ, ਮੰਗਤ ਰਾਮ ਪੁੱਤਰ ਸ਼ਮੀ, ਉਹਨੇ ਦੱਸਿਆ ਵੀ ਆਪਣਾ ਇਹਦਾ ਕੋਈ ਲੜਾਈ ਝਗੜਾ ਕਿਸੇ ਨਾਲ ਕੋਈ ਵੈਰ ਵਿਰੋਧ ਹੈ ਨਹੀਂ ਸੀ, ਅਤੇ ਯਾਨੀ ਉਹਦੇ ਬਿਆਨਾਂ 'ਤੇ ਹੀ ਯਾਨੀ ਅਸੀਂ ਕਾਰਵਾਈ ਕੀਤੀ ਹੈ। 194 BNSS ਦੀ ਕਾਰਵਾਈ ਕੀਤੀ ਹੈ, ਅਤੇ ਉਸ ਤੋਂ ਉਪਰੰਤ ਅਸੀਂ ਬੋਡੀ ਜਿਹੜੀ ਹੈ ਉਹ ਸਿਵਲ ਹਸਪਤਾਲ ਨਕੋਦਰ ਐਡਮਿਟ ਕਰਵਾਤੀ। ਹੁਣ ਮੌਕਾ ਪਰ ਜਾ ਕੇ ਯਾਨੀ ਆਹ ਕਾਰਵਾਈ ਕਰਨ ਉਪਰੰਤ ਉਹ ਪੋਸਟਮਾਰਟਮ ਉਪਰੰਤ ਇਹਨਾਂ ਨੂੰ ਜਿਹੜੀ ਡੈਡ ਬੋਡੀ ਹੈ ਉਹ ਸੰਭਾਲ ਦਿੱਤੀ ਜਾਵੇ। ਜਿਹਨੇ ਉਹਦਾ ਨਾਮ ਹੈਗਾ ਜੀ ਸਲੀਮ, ਪੁੱਤਰ ਸ਼ਮੀ, ਉਮਰ 27 ਸਾਲ ਕਰੀਬ। ਉਹਦੀ ਜੇਬ ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਉਹਦੀ ਜੇਬ ਚੋਂ ਆਪਣੇ ਇੱਕ ਮੋਟਰਸਾਈਕਲ ਦੀ ਪਰਚੀ ਮਿਲੀ ਹੈ। ਹਾਂ, ਹੋਰ ਉਹਦੀ ਕੁਛ ਨਹੀਂ ਮਿਲਿਆ ਹੈ ਯਾਨੀ ਉਹਦੀ ਜੇਬ ਦੇ ਵਿੱਚੋਂ। ਹਾਂਜੀ, ਪਰਿਵਾਰ ਵੱਲੋਂ ਕਹਿੰਦੇ ਵੀ ਸਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ, ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ, ਅਤੇ ਅਸੀਂ ਤਾਂ ਮੌਕੇ ਦੇ ਹਿਸਾਬ ਨਾਲ ਦੇਖ ਕੇ ਯਾਨੀ ਸਾਨੂੰ ਲੱਗਦਾ ਵੀ ਇਹਨੇ ਸੁਸਾਈਡ ਕੀਤੀ। ਹਾਂਜੀ।